तेजी नाल वायरल हो रही इस आडियो च एक कुड़ी ते मुंडा गलबात कर रहे ने। इस आडियो दे नाल नाल एक चढ़दी उम्र दे मुंडे ते कुड़ी दी तस्वीर भी नजर आ रही है। कपड़ियां तो इंज जाप रहा है जिवें कुड़ी स्कूल च पढ़ती होवे। कुड़ी बड़ी ही डरी सहमी ते दबी आवाज च गलबात कर रही है। आडियो च कुड़ी मुंडे तो किसी का पता लगन बारे पुछ रही है ते नाल ही फोन ट्रैक करवाउण दा मशवरा भी दे रही है। पहला तुसी सुनो इस आडियो नू ते फिर थानू दसदे हां पूरा मामला। हां जी, कुछ पता लगा? ना कुछ नहीं पता लगा। फोन ट्रैक नहीं कराया? ना हुण चले आ जे एडी छेती कित्थों हो जूगा जाणा उहनां ने। ठीक आ, हां जी जदों पता लगूगा मैनूं दस दिओ प्लीज। ठीक ठीक जदों पता लगूगा तुम मेरी गल सुनो। हां जी, ਤੇ ਜਿੱਦਾਂ ਮਾਰਾ ਤੁਹਾਡੇ ਘਰ ਕਿਸੇ ਨੂੰ ਪਤਾ ਤੇ ਨਹੀਂ ਆਇਆ ਸੀ? ਕਿਸੇ ਨੂੰ ਨਹੀਂ ਪਤਾ? ਅੱਛਾ, ਨਹੀਂ ਮਤਲਬ ਮੈਂ ਸੋਚਦਾ ਘਰ ਘੁਰ ਨਾ ਪਤਾ ਹੋਵੇ ਕਿਸੇ ਨੂੰ, ਤੁਹਾਡੇ ਘਰ ਜਾਂ ਕਿਸੇ ਰੌਲਾ ਰੌਲਾ ਪਿਆ ਹੋਵੇ ਕਿ ਮੁੰਡਾ ਆਇਆ ਕੋਈ ਰਾਤ, ਕੁਛ ਵੀ ਇੱਦਾਂ ਦਾ, ਜਾਣੀ ਗੁਆਂਢੀਆਂ ਕਿਤੇ ਫੜਿਆ ਹੋਵੇ। ਠੀਕ ਹੈ, ਚਲੋ ਠੀਕ ਹੈ ਠੀਕ ਹੈ ਪਲੀਜ਼ ਤੁਸੀਂ ਮੈਨੂੰ ਦੱਸ ਦਿਓ ਪਲੀਜ਼। ਠੀਕ ਹੈ ਠੀਕ ਹੈ। ਉਹਦਾ ਫੋਨ ਨਹੀਂ ਲੱਗਦਾ ਕੀ ਗੱਲ? ਕਿਹਦਾ ਹਰਚਰਨ ਦਾ ਫੋਨ ਲੱਗਦਾ ਵਾ? ਪਾਇਲ ਜਾਣ ਦੀ ਪੂਰੀ ਠੀਕ ਆ। ਠੀਕ, ਹੈਲੋ। ਕੁਛ ਪਤਾ ਲੱਗਾ? ਨਾ ਕੁਛ ਨਹੀਂ ਪਤਾ ਲੱਗਾ ਯਾਰ, ਸਭ ਦਾ ਹੀ ਬੁਰਾ ਹਾਲ ਆ। ਤੇ ਕੀ ਹੋਤਾ ਨਾ ਤੇ ਫੋਨ ਟੈਕ ਨਹੀਂ ਕਰਾਇਆ? ਹੈਂ, ਫੋਨ ਨਹੀਂ ਟੈਕ ਕਰਾਇਆ? ਬਿਜਲੀ ਬੀਤ ਨਹੀਂ ਗਏ? ਪਤਾ ਨਹੀਂ ਯਾਰ, ਬਾਅਦ ਚੋਂ ਕੋਈ ਫੋਨ ਹੀ ਨਹੀਂ ਚੁੱਕਣ ਦਿਆ, ਨਾ ਭਾਈਆ ਚੁੱਕਣ ਦਿਆ ਵਾ, ਨਾ ਨਿੰਮਾ ਚੁੱਕਣ ਦਿਆ ਵਾ, ਕੋਈ ਫੋਨ ਚੁੱਕਣ ਨਹੀਂ ਦਿਆ। ਦੀਦੀ ਹੋਣੀ ਰੋਈ ਜਾਂਦਾ ਆ। ਹਾਂਜੀ, ਹੈਲੋ। ਹਾਂ, ਚਲੋ ਹੁਣ ਲੋਕੇਸ਼ਨ ਟਰੈਕ ਕਰਾਉਣ ਲੱਗੇ, ਪਤਾ ਲੱਗ ਜੂਗਾ। ਚਲੋ ਠੀਕ ਹੈ ਠੀਕ ਹੈ। ਹਾਂਜੀ ਹਾਂਜੀ, ਹੈ ਨਹੀਂ ਉਹ ਚੱਲੇ ਆ ਟਰੈਕ ਕਰਾਉਣ। ਪਲੀਜ਼ ਚੱਲ ਜਾਓ ਯਾਰ, ਪਲੀਜ਼ ਟਰੈਕ ਕਰਾ ਲਓ ਫੋਨ। ਉਹ ਚੱਲੇ ਆ, ਉਹਨਾਂ ਪੀਲੀ ਪੀ ਚੱਲੇ ਆ ਤੇ ਪਤਾ ਕਰਨਗੇ ਜਾ ਕੇ। ਤੇ ਉਹ ਨਿੰਮਾ ਆਉਂਦਾ, ਮੈਂ ਹੁਣ ਫਿਰ ਦੇਖ ਕੇ ਗਿਆ, ਸਾਨੂੰ ਕੁਛ ਨਹੀਂ ਦਿਖਿਆ ਉੱਥੇ ਪੈਲੀ ਪੁਲੀ ਚ, ਕੋਈ ਨਹੀਂ ਹੈਗਾ। ਯਾਰ ਪੈਲੀ ਦੇ ਵਿੱਚ ਜਾਓਗੇ ਤਾਂ ਪਤਾ ਲੱਗੂਗਾ, ਇੱਦਾਂ ਦੇ ਇੱਦਾਂ ਦੇ ਕੋਈ ਵੀ ਪਤਾ ਲੱਗਦਾ ਕਿ ਕੋਈ ਹੈਗਾ ਕਿ ਨਹੀਂ ਹੈਗਾ। ਹੁਣ ਉਹ ਆਉਂਦਾ ਕਿ ਹੈ ਨਹੀਂ ਆਉਂਦਾ, ਉਹ ਵੀ ਦੇਖ ਕੇ ਗਿਆ। ਤੁਸੀਂ ਵੀ ਕਿਹਾ ਸੀ ਸਵੇਰੇ ਭਰਾ ਨੂੰ ਘੱਲਿਆ ਸੀ? ਹਾਂਜੀ, ਮੈਂ ਭਰਾ ਨੂੰ ਨਹੀਂ ਘੱਲੀ, ਭਰਾ ਦੇ ਸਕੂਲ ਗਈ, ਮੈਂ ਖੁਦ ਗਈ। ਅੱਛਾ ਚਲੋ ਠੀਕ ਆ ਜੀ, ਫੋਨ ਟੈਕ ਹੋ ਜਾ ਮੈਨੂੰ ਪਲੀਜ਼, ਮੈਸੇਜ ਕਰਕੇ ਦੱਸ ਦੇ। ਚਲੋ ਠੀਕ। ਹੈਲੋ। ਹਾਂਜੀ ਜੀ, ਕੁਛ ਵੀ ਪਤਾ ਨਹੀਂ? ਹੈ, ਕੁਛ ਵੀ ਪਤਾ ਨਹੀਂ ਲੱਗਾ? ਨਾ ਨਾ ਕੁਛ ਨਹੀਂ ਪਤਾ ਲੱਗਾ। ਉਹਦੇ ਭਾਜੀ ਨਾਲ ਹੁਣੇ ਮੇਰੀ ਗੱਲ ਹੋਈ ਆ, ਉਹ ਕਹਿੰਦਾ ਆ ਕਿ ਨਹੀਂ ਕੁਛ ਨਹੀਂ ਪਤਾ ਲੱਗਾ। ਨਹੀਂ ਅਜੇ ਚੱਲੇ ਆ, ਹੁਣ ਘਰੇ ਗਿਆ ਸੀ, ਘਰੋਂ ਚੱਲੇ ਆ। ਮਾਮਲਾ ਹੈ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪੀਲੀਭੀਤ ਅਧੀਨ ਪੈਂਦੇ ਥਾਣਾ ਮਾਧੋ ਟਾਂਡਾ ਦਾ, ਜਿੱਥੇ ਦੀ ਰਹਿਣ ਵਾਲੀ ਇੱਕ ਕਿਸ਼ੋਰ ਉਮਰ ਦੀ ਕੁੜੀ ਦਾ ਥਾਣਾ ਖੇਤਰ ਗਜਰੌਲਾ ਦੇ ਰਹਿਣ ਵਾਲੇ ਚੜ੍ਹਦੀ ਉਮਰ ਦੇ ਹਰਚਰਨ ਸਿੰਘ ਨਾਂ ਦੇ ਮੁੰਡੇ ਨਾਲ ਕੱਚੀ ਉਮਰ ਦਾ ਪਿਆਰ ਪੈ ਗਿਆ। ਦੋਵੇਂ ਲੁਕ ਛਿਪ ਕੇ ਮਿਲਣ ਲੱਗ ਪਏ। ਕੁੜੀ ਦੇ ਪਰਿਵਾਰ ਨੂੰ ਇਹ ਸਭ ਮਨਜ਼ੂਰ ਨਹੀਂ ਸੀ, ਉਹ ਮੁੰਡੇ ਤੇ ਨਿਗਾਹ ਰੱਖਣ ਲੱਗ ਪਏ। ਇੱਕ ਦਿਨ ਕੁੜੀ ਨੇ ਮੁੰਡੇ ਨੂੰ ਮਿਲਣ ਲਈ ਬੁਲਾਇਆ। ਮੁੰਡਾ ਹਨੇਰੇ ਜਿਹੇ 'ਚ ਮਿਲਣ ਕੁੜੀ ਦੇ ਪਿੰਡ ਆ ਗਿਆ। ਦੋਵੇਂ ਖੇਤਾਂ 'ਚ ਮਿਲਦੇ ਨੇ ਤੇ ਫਿਰ ਕੁੜੀ ਵਾਪਸ ਆਪਣੇ ਘਰ ਆ ਜਾਂਦੀ ਹੈ। ਅਗਲੇ ਦਿਨ ਕੁੜੀ ਮੁੰਡੇ ਨੂੰ ਫੋਨ ਕਰਦੀ ਹੈ ਪਰ ਮੁੰਡਾ ਫੋਨ ਨਹੀਂ ਚੁੱਕਦਾ। ਹਾਰ ਕੇ ਕੁੜੀ ਮੁੰਡੇ ਦੇ ਇੱਕ ਦੋਸਤ ਨੂੰ ਫੋਨ ਕਰਦੀ ਹੈ, ਜਿਸ ਦੀ ਇਹ ਆਡੀਓ ਵਾਇਰਲ ਹੋ ਰਹੀ ਹੈ। ਕੁਝ ਦਿਨਾਂ ਬਾਅਦ ਜੋ ਵਾਪਰਦਾ ਹੈ ਉਸ ਨੂੰ ਵੇਖ ਕੇ ਸਭ ਹੈਰਾਨ ਰਹਿ ਜਾਂਦੇ ਨੇ। ਮੁੰਡੇ ਦੇ ਹਾਲਾਤ ਇਹਨਾਂ ਤਸਵੀਰਾਂ 'ਚ ਸਾਫ਼ ਵੇਖੇ ਜਾ ਸਕਦੇ ਨੇ। ਪੁਲਿਸ ਦੇ ਅਨੁਸਾਰ ਮੁੰਡੇ ਦੀ ਮੌਤ ਖੇਤਾਂ 'ਚ ਕਰੰਟ ਲੱਗਣ ਕਾਰਨ ਹੋ ਗਈ। ਇਸ ਸੰਬੰਧ 'ਚ ਪੁਲਿਸ ਨੇ ਮੁੰਡੇ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕੁੜੀ, ਕੁੜੀ ਦੀ ਮਾਂ ਤੇ ਦੋ ਹੋਰ ਪਰਿਵਾਰਕ ਜੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ। ਇਸ ਸੰਬੰਧੀ ਫੋਨ 'ਤੇ ਸਾਡੀ ਗੱਲਬਾਤ ਪੀਲੀਭੀਤ ਪੁਲਿਸ ਦੇ CO ਸਦਰ DSP ਵੀਰੇਂਦਰ ਵਿਕਰਮ ਨਾਲ ਹੋਈ।
जी नमस्कार वीरेंद्र जी, मैं पंजाब से बोल रहा हूँ, लुधियाना से। बाई प्रोफेशन है मैं न्यूज एडिटर हेयर एट हकीकत टीवी पंजाबी। सर ये जो मामला है, एक कब ये एफआईआर लॉन्च हुई है? एफआईआर परसों लॉन्च हुई है जी, परसों, यानी कि आज 13 है, 11 को है ना। ये जो लड़का है किस गांव का रहने वाला है? लड़का थाना गगरावा क्षेत्र का है। तो ये जो लड़का है, ये मतलब कि 15-16 साल का है, या जैसे वीडियो में कुछ वायरल हो रही है वीडियोस, उसमें ये ऑडियो में आ रहा है कि ये 15-16 साल का है। तो लड़के की उम्र क्या क्या है, कितनी उम्र है? लगभग 19 साल है। 19 साल। ये अपने माँ बाप का इकलौता है या और भी बच्चे हैं इनके? और बच्चे हैं। ओके, ये घटना है, ये लड़की ने बुलाया था लड़के को, या खुद ये आपस में क्या, किस तरह से ये मामला हुआ था सर? लड़के और लड़की के बीच में प्रेम संबंध की बात प्रकाश में आ रही है जांच में जी। हाँ, ये लोग मिलते थे आपस में जी। तो लड़की पास वाले गांव में, गांव की है? ये दूसरे गांव, दूसरे थाना क्षेत्र का लड़का रहने वाला है, लड़की दूसरे थाना क्षेत्र की, लड़की माधोटांडा की रहने वाली, लड़का गजरोला थाना क्षेत्र का रहने वाला है। गजरोला, गजरोला पूरा क्या नाम है? गजरोला थाना क्षेत्र, गजरोला थाना क्षेत्र, पीलीभीत। ये घटना का 9 तारीख की है, कब की है जब ये लड़का गया था? 8 और 9 की है। 8 और 9 रात को लड़की ने बुलाया था, क्या मामला है? जो ये लोग आपस में मिलते थे जी, तो उस दिन भी ये आया था मिलने के लिए जी, उसी दौरान ये घटना हुई है। अब कैसे हुई ये विवेचना का विषय है, इस पर विवेचना चल रही है। विवेचना चल रही है, तो मामला किस पे दर्ज किया आपने? परिजनों की तहरीर पे, लड़के के परिजनों की तहरीर पे, लड़की के घर वालों पे और लड़की पे अभी FIR लिखी गई है। पर वो अभी FIR लिखी गई है, योजना चल रही है। लड़की है, लड़की की माँ संभवता, और दो लोग और हैं उनके परिवार के। गिरफ्तारी हुई है दोषियों की, जो आरोपी हैं? अभी गिरफ्तारी कोई नहीं हुई है, योजना चल रही है। तो जो प्राइमरी फेशिया लग रहा है, जैसे आपको पहले मतलब अंदाजा लग रहा है, क्या लगता है कि कुदरती तौर पर करंट लगने से मौत हुई है, या इसका मतलब जैसे ये ब्लड वगैरह फोटो में दिखाई दे रहा है? रिपोर्ट में करंट लगने से मृत्यु आया है, बाक्री विवेचना का विषय है कि घटनाक्रम क्या है। तो अभी मतलब चोट वगैरह और कोई नहीं है इसमें। चलिए शुक्रिया सर, थैंक यू, शुक्रिया जी। फिलहाल पीलीभीत पुलिस ने दोषियों खिलाफ मामला दर्ज कर लिया है, जिन्हां दी गिरफ्तारी अजे बाकी है, पर पुलिस दे मुताबिक ओ अजे मामले दी गहराई नाल जांच कर रही है। ब्यूरो रिपोर्ट, पीलीभीत, हकीकत टीवी पंजाबी। मेहनत मेरी रहमत खुदा दी, मुसलमानी रूहानी अते काले इलम दे माहिर मौलाना अब्दुल जी, 7967-96275। चमत्कार हुंदे देखो अपनियां अखां सामने, 100% गारंटी नाल पाओ हर परेशानी दा हल। पति पत्नी च झगड़ा, सौतन दुश्मन तो छुटकारा, तलाक केस, विदेश च पक्का होना, जादू टोने ते कीता किराया दा खात्मा, गुप्त वशीकरण कराओ, मन चाह प्रेमी प्रेमिका अपने वश च करो, लाटरी नंबर पाओ भावे 649 होवे जां लुट्टो मैक्स, प्यार च धोखा खा चुके प्रेमी प्रेमिका इक वार जरूर संपर्क करो, मैं तुहाड़ा प्यार टुटन नहीं देवांगा। संपर्क करो 7967-96275।